ਜਿਹੜਾ ਕਿ ਪੇਸ਼ੈਂਟਸ ਵੀ ਪੁੱਛਦੇ ਆ ਔਰ ਸੋਸਾਇਟੀ ਦੇ ਡਿਫਰੈਂਟ ਅਧਾਰੇ ਵੀ ਸਾਨੂੰ ਪੁੱਛਦੇ ਆ ਕਿ ਕਿਹੜੀਆਂ ਐਸੀਆਂ ਐਡਵਾਂਸਮੈਂਟਸ ਹੈਗੀਆਂ ਜਿਹੜੀਆਂ ਕਿ ਵਰਦਾਨ ਹਸਪੀਟਲ 'ਚ ਕੀਤੀਆਂ ਜਾਂਦੀਆਂ ਔਰ ਕਿਹੜੀਆਂ ਐਸੀ ਐਡਵਾਂਸ ਟੈਕਨੀਕਸ ਹੈਗੀਆਂ ਜਿਹਨਾਂ ਨੂੰ ਯੂਜ਼ ਕਰਕੇ ਵਰਦਾਨ ਹਸਪੀਟਲ ਦਾ ਜਿਹੜਾ ਸਕਸੈਸ ਰੇਟ ਆ ਉਹ 70-80% ਹੈ। ਜ਼ਿੰਦਗੀ ਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹਨੂੰ ਅਪਗ੍ਰੇਡ ਕਰ ਲੈਣਾ ਮੇਰੇ ਖਿਆਲ ਨਾਲ ਬਹੁਤ ਅੱਛੀ ਗੱਲ ਹੁੰਦੀ ਹੈ। ਸੋ ਸਾਇੰਸ ਦੇ ਵਿੱਚ ਜੋ ਵੀ ਜਿਸ ਤਰੀਕੇ ਦੀ ਵੀ ਐਡਵਾਂਸਮੈਂਟਸ ਜੋ ਵੀ ਕੋਈ ਰਿਸਰਚ ਹੁੰਦੀ ਹੈ ਉਹਦੇ ਬਾਰੇ ਪ੍ਰੋਪਰ ਸਟੱਡੀ ਕਰਕੇ ਵਰਦਾਨ ਹਸਪੀਟਲ ਟਾਈਮ ਟੂ ਟਾਈਮ ਜਿਹੜੇ ਇਕੁਪਮੈਂਟਸ ਹੈਗੇ ਆ ਉਹਨਾਂ ਨੂੰ ਚੇਂਜ ਕਰਦਾ ਰਹਿੰਦਾ, ਇਕੁਪਮੈਂਟਸ ਨੂੰ ਅਪਗ੍ਰੇਡ ਕਰਦਾ ਰਹਿੰਦਾ, ਨਵੀਆਂ ਨਵੀਆਂ ਜਿਹੜੀਆਂ ਟੈਕਨੀਕਸ ਆਈਆਂ ਉਹਨਾਂ ਟੈਕਨੀਕਸ ਨੂੰ ਵਰਤੋਂ ਦੇ ਵਿੱਚ ਲਿਆ ਕੇ ਉਹਨਾਂ ਨੂੰ ਯੂਜ਼ ਕਰਕੇ ਜੋ ਬੈਟਰ ਪ੍ਰੋਸੀਜਰਸ ਹੈਗੇ ਆ ਉਹਨਾਂ ਨੂੰ ਫੋਲੋ ਕਰਦਾ ਤਾਂ ਕਿ ਪੇਸ਼ੈਂਟ ਨੂੰ ਹਰ ਚੀਜ਼ ਦਾ ਐਡਵਾਂਟੇਜ ਮਿਲੇ। ਇੰਟਰਨੈਸ਼ਨਲੀ ਜਿੱਥੇ ਜਿੱਥੇ ਬੈਸਟ ਪੋਸੀਬਲ ਪ੍ਰੈਕਟਿਸਿਸ ਹੁੰਦੀਆਂ ਉਹਨਾਂ ਪ੍ਰੈਕਟਿਸ ਨੂੰ ਵਰਦਾਨ ਹਸਪੀਟਲ ਨੂੰ ਦੇ ਵਿੱਚ ਵਰਤੋਂ ਦੇ ਵਿੱਚ ਲਿਆਉਣ ਦੇ ਵਿੱਚ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਹਾਂ ਔਰ ਸਾਡੀ ਜਿਹੜੀ ਟੈਕਨੀਕਸ ਹੈਗੀਆਂ ਉਹ ਐਸ ਪਰ ਇੰਟਰਨੈਸ਼ਨਲ ਸਟੈਂਡਰਡਸ ਹੈਗੀਆਂ। ਜਿਹੜੇ ਲੈਬ ਸੈਟਅਪ ਹੈਗੇ ਆ, ਜਿਹੜੇ ਹਸਪੀਟਲ ਦੇ ਸੈਟਅਪ ਹੈ, ਜੋ ਆਪਰੇਸ਼ਨ ਥੀਏਟਰਸ ਹੈਗੇ ਆ, ਜਿਹੜੇ ਇਕਿਉਪਮੈਂਟਸ ਹੈਗੇ ਆ ਉਹ ਉਹੀ ਇਕਿਉਪਮੈਂਟਸ ਯੂਜ਼ ਹੁੰਦੇ ਆ ਜਿਹੜੇ ਕਿ ਲੇਟੈਸਟ ਇਕਿਉਪਮੈਂਟਸ ਵਰਲਡ ਓਵਰ ਯੂਜ਼ ਹੋ ਰਹੇ ਆ ਤਾਂ ਕਿ ਉਹਨਾਂ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਕੰਪਰੋਮਾਈਜ਼ ਨਾ ਹੋ ਸਕੇ। ਨੰਬਰ 2, IVF ਇੱਕ ਐਸਾ ਪ੍ਰੋਸੀਜਰ ਹੈ ਜਿਹਦੇ ਵਿੱਚ ਕੁਆਲਿਟੀ ਦੇ ਉੱਪਰ ਕਿਸੇ ਜਗ੍ਹਾ ਤੇ ਵਰਦਾਨ ਹਸਪੀਟਲ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਕੀਤਾ ਜਾਂਦਾ। ਉਹ ਬੇਸ਼ੱਕ ਡਰੱਗਸ ਹੋਣ, ਮੈਡੀਸਿਨਸ ਹੋਣ, ਕਿਸੇ ਵੀ ਤਰੀਕੇ ਦੀਆਂ ਗੈਸਿਸ ਹੋਣ, ਮੀਡੀਆ ਹੋਏ, ਕਿਸੇ ਵੀ ਤਰੀਕੇ ਦੀ ਇਕੁਇਪਮੈਂਟ ਦੇ ਵਿੱਚ ਯੂਜ਼ ਹੋਣ ਵਾਲੇ ਡਿਸਪੋਜ਼ੇਬਲ ਹੋਣ, ਕੰਜ਼ਿਊਮੇਬਲਸ ਹੋਣ, ਸੋ ਜਿਸ ਤਰੀਕੇ ਦੀ ਵੀ ਬੈਸਟ ਪੋਸੀਬਲ ਟੈਕਨੀਕਸ ਨੂੰ ਫੋਲੋ ਕਰਨਾ ਹੁੰਦਾ ਉਹ ਵਰਦਾਨ ਹਸਪੀਟਲ ਦੇ ਵਿੱਚ ਕੀਤਾ ਜਾਂਦਾ ਤਾਂ ਕਿ ਪੇਸ਼ੈਂਟ ਨੂੰ ਉਹਦਾ ਫਾਇਦਾ ਮਿਲ ਸਕੇ, ਸਾਡਾ ਪ੍ਰੈਗਨੈਂਸੀ ਰੇਟ ਇੰਪਰੂਵ ਕਰ ਸਕੇ, ਪੇਸ਼ੈਂਟ ਨੂੰ ਕਾਮਯਾਬੀ ਮਿਲਣ ਦੇ ਚਾਂਸਿਸ ਜ਼ਿਆਦਾ ਹੋ ਸਕਣ। ਵਰਦਾਨ ਹਸਪੀਟਲ ਦੀ ਪੂਰੀ ਟੀਮ ਜਿਹਦੇ ਵਿੱਚ ਕਿ ਡਾਕਟਰਸ, ਰਿਸਰਚਰਸ, ਕਾਉਂਸਲਰਸ, ਲੈਬ ਟੈਕਨੀਸ਼ੀਅਨਸ, ਲੈਬ ਦੇ ਵਿੱਚ ਜੈਨੇਟਿਕਸ ਦੇ ਜਿਹੜਾ ਡਿਪਾਰਟਮੈਂਟ ਹੈਗਾ, ਇਹ ਸਾਰਿਆਂ ਜਿਹੜੇ ਲੋਕ ਹੈ, ਸਾਰੇ ਡਿਪਾਰਟਮੈਂਟ ਜਿਹੜੇ ਇਕੱਠੇ ਹੋ ਕੇ ਇੱਕ ਐਫਰਟ ਕਰਦੇ ਆ ਤਾਂ ਕਿ ਜਿਹੜਾ ਕਪਲ ਹੈ ਉਹਨੂੰ ਅਸੀਂ ਐਂਡ ਰਿਜ਼ਲਟ ਤੱਕ ਲੈ ਕੇ ਜਾ ਸਕੀਏ, ਉਹਨਾਂ ਦੇ ਘਰ ਪ੍ਰੈਗਨੈਂਸੀ ਆਏ, ਉਹਨਾਂ ਨੂੰ ਰਿਜ਼ਲਟ ਮਿਲੇ ਔਰ ਉਹ ਆਪਣੇ ਘਰ ਖੁਸ਼ੀਆਂ ਮਾਣ ਸਕਣ।